ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਮੇਰੇ ਚੈਨਲ 'ਤੇ ਮੇਰੀਆਂ ਭੈਣਾਂ ਅਤੇ ਵੀਰਾਂ ਦਾ ਸਵਾਗਤ ਆ। ਅੱਜ ਆਪਾਂ ਨਵੀਂ ਡਿਸ਼ ਲੈ ਕੇ ਆਏ ਹਾਂ, ਬੇਸਣ ਦੀ ਪੰਜੀਰੀ ਬਣਾਉਣ ਦਾ ਤਰੀਕਾ ਕਿਵੇਂ ਬਣਾਉਣੀ ਆ, ਕਿਸ ਤਰ੍ਹਾਂ ਬਣਾਉਣੀ ਆ, ਇਹ ਤੁਹਾਨੂੰ ਦਿਖਾਵਾਂਗੇ ਅਤੇ ਦੱਸਾਂਗੇ। ਅੱਜ ਕੱਲ੍ਹ ਜਿਹੜਾ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ, ਠੰਡ ਦੇ ਦਿਨ ਚੱਲ ਰਹੇ ਆ, ਬਹੁਤ ਜ਼ਿਆਦਾ ਠੰਡ ਪੈ ਰਹੀ ਆ, ਇਹਦੇ ਵਿੱਚ ਖੋਆ ਪਿੰਨੀਆਂ ਪੰਜੀਰੀ ਦੇ ਇਹ ਜਿਹੜੇ ਦਿਨ ਚੱਲ ਰਹੇ ਆ, ਇਹ ਖਾਸ ਡਿਸ਼ ਆ। ਇਹ ਆਪਾਂ ਕਿਵੇਂ ਬਣਾਉਣੀ ਅਤੇ ਇਹਦੇ ਲਈ ਕੀ ਕੀ ਸਮਾਨ ਅਤੇ ਦਵਾਈਆਂ ਚਾਹੀਦੀਆਂ, ਇਹ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਆਪਾਂ ਇਹ ਸਮਾਨ ਲਿਆ ਪੰਜੀਰੀ ਬਣਾਉਣ ਵਾਸਤੇ। ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿੰਨਾ ਕਿੰਨੇ ਡਰਾਈ ਫਰੂਟ ਅਤੇ ਕੀ ਕੀ ਦਵਾਈਆਂ ਵਿੱਚ ਪਾਉਣੀਆਂ। ਸ਼ੁਰੂ ਕਰਦੇ ਹਾਂ। ਇਹ ਮੈਂ ਬਦਾਮ ਲਏ ਆ 200 ਗ੍ਰਾਮ, ਅਤੇ ਇਹ ਲਏ ਆ ਕਾਜੂ 200 ਗ੍ਰਾਮ, ਅਤੇ ਮਗਜ਼ 200 ਗ੍ਰਾਮ, ਖਸਖਸ 100 ਗ੍ਰਾਮ, ਅਤੇ ਗੂੰਦ 100 ਗ੍ਰਾਮ, ਅਤੇ ਆਹ ਜਿਹੜਾ ਪੀਸੀਆਂ ਹੋਈਆਂ ਦਵਾਈਆਂ ਲਈਆਂ, ਇਹ ਸਾਰਾ ਸਮਾਨ ਜਿਹੜਾ ਮੈਂ 250 ਗ੍ਰਾਮ ਲਿਆ ਹੈ। ਕਮਰਕਸ, ਲੋਧ, ਭਾਠਾ, ਇਹ ਮਿਕਸ ਸੀ ਜਿਹੜਾ ਪੰਸਾਰੀ ਦੀ ਦੁਕਾਨ ਤੋਂ ਜਿਹੜਾ ਸਮਾਨ ਲਿਆਂਦਾ ਸੀਗਾ, ਅਲੱਗ ਅਲੱਗ ਦਵਾਈਆਂ ਨਹੀਂ ਸੀ ਲਈਆਂ ਗਾ, ਇਹ ਮਿਕਸ ਹੀ ਲਿਆ ਸੀਗਾ 100-100 ਗ੍ਰਾਮ ਸਾਰਾ ਸਮਾਨ, ਭਾਠਾ ਅਤੇ ਕਮਰਕਸ ਅਤੇ ਲੋਧ। ਅਤੇ ਇਹ ਆਪਾਂ ਜਿਹੜਾ ਕੱਦੂਕਸ ਕੀਤਾ ਹੋਇਆ ਨਾਰੀਅਲ ਲਿਆ 250 ਗ੍ਰਾਮ, ਅਤੇ ਥੋੜ੍ਹੀ ਜਿਹੀ ਜਿਵੇਂ 50 ਕੁ ਗ੍ਰਾਮ ਤੋਂ ਵੀ ਘੱਟ ਆ ਜਿਹੜੀ ਇਹ ਮੈਂ ਜਮੈਣ ਲਈ ਆ, ਅਤੇ ਸੌਂਫ ਵੀ ਥੋੜ੍ਹੀ ਜਿਹੀ 100 ਕੁ ਗ੍ਰਾਮ ਦੇ ਕਰੀਬ ਇਹ ਮੈਂ ਸੌਂਫ ਲਈ ਆ, ਥੋੜ੍ਹੀ ਜਿਹੀ ਕਿਸ਼ਮਿਸ਼ 100 ਗੀ ਲਈ ਆ, ਅਤੇ ਤਾਂ ਕਿ ਜੇ ਸੌਂਫ ਅਤੇ ਜਮੈਣ ਬੱਚਿਆਂ ਨੂੰ ਘੱਟ ਪਸੰਦ ਆ, ਕਾਲੀਆਂ ਮਿਰਚਾਂ ਵੀ ਘੱਟ ਪਸੰਦ ਆ, ਪਰ ਮੈਂ ਪਾਊਂਗੀ ਜ਼ਰੂਰ, ਅਤੇ ਥੋੜ੍ਹੀਆਂ ਜਿਹੀਆਂ ਕਾਲੀਆਂ ਮਿਰਚਾਂ ਲਈਆਂ। ਇਹਨਾਂ ਨੂੰ ਜਿਹੜਾ ਆਪਾਂ ਸਾਰੇ ਸਮਾਨ ਨੂੰ ਪੀਸ ਲਵਾਂਗੇ। ਆਹ ਮੈਂ ਮੇਥੇ ਲਏ ਆ, ਮੇਥੇ 100 ਗ੍ਰਾਮ ਲਏ ਆ, ਅਤੇ 2 ਕਿਲੋ ਆ ਜਿਹੜਾ ਆਪਣਾ ਬੇਸਣ, ਉਹਦੇ ਵਿੱਚ ਜਿਹੜਾ ਮੈਂ ਇਹ ਅੱਧੇ ਪਾਉਣੇ ਆ ਮੇਥੇ, ਯਾਨੀ ਕਿ ਪੂਰੇ ਨਹੀਂ ਪਾਉਣੇ, ਸਾਰੇ ਨਹੀਂ ਪਾਉਣੇਗੇ, ਇਹ 100 ਗ੍ਰਾਮ ਆ, 100 ਗ੍ਰਾਮ ਤੋਂ ਯਾਨੀ ਕਿ ਆਪਣਾ 50 ਕੁ ਗ੍ਰਾਮ ਮੇਥੇ ਹੋਣਗੇ ਜਿਹੜੇ ਅੱਧੇ ਪਾਵਾਂਗੇ। ਜ਼ਿਆਦਾ ਫਿਰ ਜਿਹੜੀ ਕਿ ਪੰਜੀਰੀ ਆ ਜੇ ਸਾਰੇ ਪਾ ਕੇ ਤਾਂ ਥੋੜ੍ਹੀ ਕੌੜੀ ਬਣੂਗੀ। ਅਤੇ ਇਹ ਆਪਾਂ ਜਿਹੜਾ 2 ਕਿਲੋ ਬੇਸਣ ਲਿਆ, ਇਹ ਦੇਸੀ ਘਿਓ ਆ 2 ਕਿਲੋ, ਘਰ ਦਾ ਬਣਾਇਆ ਹੋਇਆ, ਘਰ ਤਿਆਰ ਕੀਤਾ ਦੇਸੀ ਘਿਓ, ਇਹ ਖੰਡ ਆ ਘਰ ਪੀਸੀ ਆ 2 ਕਿਲੋ, ਇਹ ਲਈ ਆ। ਇਹ ਤਿੰਨੋਂ ਚੀਜ਼ਾਂ ਜਿਹੜੀਆਂ ਆਪਾਂ ਬਰਾਬਰ ਮਾਤਰਾ ਦੇ ਵਿੱਚ ਲੈ ਲਈਆਂ, ਕਿਉਂਕਿ ਇਹ ਡਰਾਈ ਫਰੂਟ ਵੀ ਆ ਅਤੇ ਕੁਛ ਦਵਾਈਆਂ ਵੀ ਆ, ਇਸ ਕਰਕੇ ਜਿਹੜਾ ਆਪਾਂ ਘਿਓ ਨੂੰ ਬਰਾਬਰ ਹੀ ਪਾਵਾਂਗੇ। ਹੁਣ ਆਪਾਂ ਜਿਹੜੇ ਇਹ ਬਦਾਮ ਅਤੇ ਕਾਜੂ ਅਤੇ ਯਾਨੀ ਕਿ ਸਾਰਾ ਸਮਾਨ ਆ ਜਿਹੜਾ ਆਪਾਂ ਇਹਨੂੰ ਪੀਸ ਲਵਾਂਗੇ, ਅਤੇ ਜਿਹੜੀ ਗੂੰਦ ਆ ਇਸ ਨੂੰ ਮੈਂ ਪੀਸ ਕੇ ਰੱਖ ਲੂੰਗੀ, ਅਤੇ ਘਿਓ ਦੇ ਵਿੱਚ ਵੀ ਵੈਸੇ ਤਾਂ ਆਪਾਂ ਫਰਾਈ ਕਰ ਸਕਦੇ ਹਾਂ, ਪਰ ਮੈਂ ਇਹਨੂੰ ਪੀਸ ਕੇ ਅਤੇ ਜਦੋਂ ਆਪਾਂ ਬੇਸਣ ਭੁੰਨਾਂਗੇ ਅਤੇ ਉਦੋਂ ਮੈਂ ਨਾਲ ਪਾਊਂਗੀ। ਉਹ ਆਪਣੀ ਆਪਣੀ ਮਰਜ਼ੀ ਆ, ਚਾਹੇ ਤਾਂ ਬੇਸਣ ਭੁੱਜ ਦੇ ਵਿੱਚ ਪਾ ਦਿਉ ਅਤੇ ਚਾਹੇ ਇਸ ਨੂੰ ਪਹਿਲਾਂ ਆਪਾਂ ਫਰਾਈ ਕਰਕੇ ਪੀਸ ਲਈਏ। ਹਾਂਜੀ, ਚਲੋ ਆਪਾਂ ਹੁਣ ਮਿਕਸੀ ਦੇ ਨਾਲ ਸਾਰਾ ਇਹ ਜਿੰਨਾ ਵੀ ਸਮਾਨ ਆਪਣਾ ਪੀਸਣ ਵਾਲਾ, ਇਹ ਸਾਰਾ ਆਪਾਂ ਪੀਸ ਲਵਾਂਗੇ, ਪੀਸ ਕੇ ਤਿਆਰ ਕਰ ਲਵਾਂਗੇ। ਉਸ ਤੋਂ ਬਾਅਦ ਆ ਜਿਹੜਾ ਆਪਾਂ ਬੇਸਣ ਨੂੰ ਭੁੰਨਾਂਗੇ। ਜਿਵੇਂ ਕਿ ਮਿਰਚਾਂ ਕਾਲੀਆਂ ਅਤੇ ਸੌਂਫ ਅਤੇ ਜਵੈਣ, ਇਹਨਾਂ ਨੂੰ ਤਿੰਨਾਂ ਨੂੰ ਆਪਾਂ ਦਰਦਰਾ ਮੋਟਾ ਪੀਸ ਲਵਾਂਗੇ। ਇਹਦੇ ਵਿੱਚ ਬਦਾਮ ਅਤੇ ਜਿਹੜੇ ਕਾਜੂ ਆ ਇਹਨਾਂ ਨੂੰ ਦਰਦਰਾ ਮੋਟਾ ਹੀ ਪੀਸ ਲਵਾਂਗੇ, ਵੈਸੇ ਤਾਂ ਕੱਟ ਕੇ ਵੀ ਇਹਨਾਂ ਨੂੰ ਪਾਇਆ ਜਾਂਦਾ।
ਦੇਖੋ ਇੱਦਾਂ ਇਹ ਦਰਦਰਾ ਮੋਟਾ ਹੀ ਆ। ਆਪਾਂ ਜਿਹੜਾ ਬਾਕੀ ਦਾ ਆਹ ਸਮਾਨ ਆ ਅਤੇ ਸਾਰਾ ਹੀ ਆਪਾਂ ਜਿਵੇਂ ਕਿ ਇਹ ਪੀਸ ਲਵਾਂਗੇ। ਮਗਜ ਇਹ ਆਪਾਂ ਖਸ ਖਸ ਲਈ ਆ ਅਤੇ ਇਸ ਨੂੰ ਵੀ ਜਿਹੜਾ ਆਪਾਂ ਪੀਸ ਲਵਾਂਗੇ। ਇਹ ਆਪਾਂ ਸਾਰਾ ਸਮਾਨ ਆ ਜਿਹੜਾ ਪੀਸ ਕੇ ਸਾਰਾ ਡਰਾਈ ਫਰੂਟ ਆ ਜਿਹੜੇ ਆਪਾਂ ਤਿਆਰ ਕਰ ਲਏ ਅਤੇ ਹੁਣ ਆਪਾਂ ਗੂੰਦ ਆ ਜਿਹੜੀ ਉਹ ਪੀਸ ਕੇ ਰੱਖ ਲਵਾਂਗੇ ਅਲੱਗ, ਇਹਦੇ ਵਿੱਚ ਨਹੀਂ ਮਿਕਸ ਕਰਨੀ ਜੀ। ਇਹਨੂੰ ਮੈਂ ਅਲੱਗ ਹੀ ਪੀਸ ਕੇ ਅਲੱਗ ਹੀ ਰੱਖੂੰਗੀ ਜਦੋਂ ਮੈਂ ਬੇਸਣ ਭੁੰਨੂੰਗੀ। ਭੁੰਨਣ ਤੋਂ ਬਾਅਦ ਜਿਹੜਾ ਵਿੱਚ ਮੈਂ ਭੁੱਜਦੇ ਬੇਸਣ ਦੇ ਵਿੱਚ ਜਿਹੜਾ ਇਹਨੂੰ ਪਾ ਲੂੰਗੀ। ਆਹ ਦੇਖੋ ਗੂੰਦ ਆ ਜਿਹੜੀ ਆਪਾਂ ਬਿਲਕੁਲ ਇਹਦਾ ਪਾਊਡਰ ਬਣਾ ਲਿਆ ਅਤੇ ਇਸ ਨੂੰ ਆਪਾਂ ਜਿਹੜਾ ਬੇਸਣ ਦੇ ਨਾਲ ਹੀ ਬਣਕਾ ਭੁੰਨਣ ਤੋਂ ਬਾਅਦ ਵਿੱਚ ਜਿਹੜਾ ਮਿਕਸ ਕਰ ਦਾਂਗੇ ਗਰਮ ਗਰਮ ਦੇ ਵਿੱਚ। ਹੁਣ ਆਪਾਂ ਬੇਸਣ ਭੁੰਨਣ ਦੀ ਤਿਆਰੀ ਕਰਦੇ ਹਾਂ। ਹਾਂਜੀ ਆਪਾਂ ਇਹ 2 ਕਿਲੋ ਜਿਹੜਾ ਦੇਸੀ ਘਿਓ ਲੈ ਲਿਆ, ਕੜਾਹੀ ਦੇ ਵਿੱਚ ਗਰਮ ਹੋਣ ਲਈ ਰੱਖਤਾ। ਘਿਓ ਆ ਜਿਹੜਾ ਹੈ ਆਪਣਾ ਗਰਮ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਜਿਹੜਾ ਬੇਸਣ ਛਾਣ ਲਿਆ ਸੀਗਾ ਅਤੇ ਕੜਾਹੀ ਦੇ ਵਿੱਚ ਪਾਵਾਂਗੇ ਅਤੇ ਉਹਨੂੰ ਚੰਗੀ ਤਰ੍ਹਾਂ ਜਿਹੜਾ ਘਿਓ ਦੇ ਵਿੱਚ ਮਿਕਸ ਕਰਾਂਗੇ। ਇਹ 2 ਕਿਲੋ ਆਪਾਂ ਬੇਸਣ ਲਿਆ, ਇਹਨੂੰ ਚੰਗੀ ਤਰ੍ਹਾਂ ਆਪਾਂ ਘਿਓ ਦੇ ਵਿੱਚ ਮਿਕਸ ਕਰ ਲਵਾਂਗੇ। ਗੰਢਾਂ ਜਿਹੜੀਆਂ ਬਣਨੀਆਂ ਘਿਓ ਬਰਾਬਰ ਦਾ ਹੈ, ਗੰਢਾਂ ਜ਼ਿਆਦਾ ਨਹੀਂ ਬਣਨੀਆਂ ਅਤੇ ਆਪਾਂ ਇਹ ਚੰਗੀ ਤਰ੍ਹਾਂ ਜਿਹੜਾ ਬੇਸਣ ਨੂੰ ਘਿਓ ਦੇ ਵਿੱਚ ਮਿਕਸ ਕਰ ਦਿੱਤਾ। ਗੰਢਾਂ ਵੀ ਮਿਕਸ ਹੋ ਗਈਆਂ ਇਹਦੀਆਂ। ਹੁਣ ਆਪਾਂ ਜਿਹੜਾ ਇਸ ਨੂੰ ਭੁੰਨਾਂਗੇ ਬੇਸਣ ਨੂੰ ਚੰਗੀ ਤਰ੍ਹਾਂ ਲਗਾਤਾਰ ਜਿਹੜਾ ਆਪਾਂ ਬੇਸਣ ਨੂੰ ਹਿਲਾਉਂਦੇ ਰਹਿਣਾ। ਆਪਾਂ ਉਨੀ ਦੇਰ ਬੇਸਣ ਨੂੰ ਜਿਹੜਾ ਭੁੰਨਣਾ ਜਿੰਨੀ ਦੇਰ ਇਹਦਾ ਕਲਰ ਚੇਂਜ ਨਹੀਂ ਹੋ ਜਾਂਦਾ। ਗਰਮ ਤਾਂ ਹੋ ਗਿਆ, ਇਹਦੇ ਵਿੱਚ ਜਿਹੜੇ ਬਬਲਸ ਵੀ ਬਣਨ ਲੱਗ ਗਏ ਆ। ਲਗਾਤਾਰ ਜਿਹੜਾ ਬੇਸਣ ਨੂੰ ਹਿਲਾਉਂਦੇ ਰਹਿਣਾ, ਇਸਦਾ ਜਿੰਨੀ ਦੇਰ ਆਪਣਾ ਕਲਰ ਨਹੀਂ ਚੇਂਜ ਹੋ ਜਾਂਦਾ ਉਨੀ ਦੇਰ ਆਪਾਂ ਭੁੰਨਾਂਗੇ ਇਹਦਾ, ਜਾਣੀ ਕਿ ਕਲਰ ਹਲਕਾ ਜਿਹੜਾ ਬਰਾਊਨ ਪੂਰਾ ਕਰਾਂਗੇ। ਬੇਸਣ ਨੂੰ ਚੰਗੀ ਤਰ੍ਹਾਂ ਭੁੰਨਣਾ ਤਾਂ ਕਿ ਜਿਹੜਾ ਇਹਦਾ ਕੱਚਾ ਪਾਣ ਆ ਉਹ ਨਾ ਆਵੇ। ਜੇ ਇਹਦੇ ਵਿੱਚ ਥੋੜ੍ਹਾ ਜਿਹਾ ਵੀ ਬੇਸਣ ਕੱਚਾ ਰਹਿ ਜੇ ਤਾਂ ਜਿਹੜਾ ਉਹ ਸਵਾਦ ਨਹੀਂ ਲੱਗਦਾ ਗਾ, ਕੱਚੇ ਪਾਣ ਦਾ ਜਿਹੜਾ ਟੇਸਟ ਆ ਉਹ ਖਰਾਬ ਹੋ ਜਾਂਦਾ, ਵਧੀਆ ਨਹੀਂ ਬਣਦੀ ਪੰਜੀਰੀ। ਇਸ ਕਰਕੇ ਆਪਾਂ ਇਸ ਨੂੰ ਬੇਸਣ ਨੂੰ ਚੰਗੀ ਤਰ੍ਹਾਂ ਭੁੰਨਾਂਗੇ। ਬੇਸਣ ਆ ਜਿਹੜਾ ਆਪਣਾ ਤਕਰੀਬਨ ਇਹ ਭੁੱਜ ਕੇ ਤਿਆਰ ਹੋ ਗਿਆ, ਕਲਰ ਆ ਜਿਹੜਾ ਇਹਦਾ ਚੇਂਜ ਹੋ ਗਿਆ। ਹੁਣ ਆਪਾਂ ਜਿਹੜੀ ਗੂੰਦ ਪੀਸੀ ਹੋਈ ਸੀਗੀ, ਗੂੰਦ ਪਾਊਡਰ ਬਣਾਇਆ ਹੋਇਆ ਸੀ, ਇਸ ਨੂੰ ਮੈਂ ਜਿਹੜਾ ਪਹਿਲਾਂ ਫਰਾਈ ਨਹੀਂ ਕੀਤਾ, ਮੈਂ ਤੁਹਾਨੂੰ ਦੱਸਿਆ ਹੋਇਆ, ਅਤੇ ਇੱਦਾਂ ਹੀ ਆਪਾਂ ਜਿਹੜਾ ਭੁੱਜਦੇ ਹੋਏ ਬੇਸਣ ਦੇ ਵਿੱਚ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਗੂੰਦ ਨੂੰ ਪਾ ਦਿੱਤਾ। ਨਾਲੇ ਤਾਂ ਆਪਣਾ ਜਿਹੜਾ ਬੇਸਣ ਆ ਉਹ ਭੁੱਜ ਰਿਹਾ ਅਤੇ ਨਾਲੇ ਇਹਦੇ ਵਿੱਚ ਜਿਹੜੀ ਗੂੰਦ ਆ ਉਹ ਵੀ ਫੁੱਲ ਜਾਊਗੀ ਅਤੇ ਨਾਲ ਹੀ ਜਿਹੜਾ ਇਹਦਾ ਟੇਸਟ ਆ ਉਹ ਅਲੱਗ ਆਊਗਾ, ਕਰੰਚੀ ਆਊਗਾ। ਇਸ ਤਰ੍ਹਾਂ ਗੂੰਦ ਪਾਉਣ ਦੇ ਨਾਲ ਆ ਜਿਹੜਾ ਬਹੁਤ ਜ਼ਿਆਦਾ ਜਾਣੀ ਕਿ ਪੰਜੀਰੀ ਦਾ ਜਿਹੜਾ ਸਵਾਦ ਆ ਬਹੁਤ ਹੀ ਵਧੀਆ ਬਣ ਜਾਂਦਾ।
ਆਪਣੀ ਮਰਜ਼ੀ ਆ, ਆਪਾਂ ਉਸ ਨੂੰ ਫਰਾਈ ਵੀ ਕਰ ਸਕਦੇ ਹਾਂ, ਗੂੰਦ ਨੂੰ ਫਰਾਈ ਕਰਕੇ ਫਿਰ ਪੀਸ ਲੈਂਦੇ ਹਾਂ, ਪਰ ਮੈਂ ਅਸੀਂ ਇਸ ਤਰ੍ਹਾਂ ਹੀ ਜਾਣੀ ਕਿ ਗੂੰਦ ਨੂੰ ਪਾਉਣਾ ਪਸੰਦ ਕਰਦੇ ਹਾਂ। ਹੁਣ ਆਪਾਂ ਜਿਹੜਾ ਨਾਰੀਅਲ ਸੀ ਕੱਦੂਕਸ ਕੀਤਾ ਹੋਇਆ, ਇਸ ਨੂੰ ਵੀ ਜਿਹੜਾ ਮਿਕਸ ਕਰ ਦਿੱਤਾ। ਅੱਜ ਕੱਲ੍ਹ ਸਰਦੀਆਂ ਦਾ ਮੌਸਮ ਆ, ਇਹਦੇ ਵਿੱਚ ਜਾਣੀ ਕਿ ਆਪਣੀ ਸਿਹਤ ਦਾ ਖਿਆਲ ਰੱਖਣ ਵਾਸਤੇ ਜਾਣੀ ਕਿ ਜਿਹੜੀਆਂ ਦਵਾਈਆਂ ਪੰਜੀਰੀਆਂ, ਇਹ ਆਪਣੇ ਜਿਹੜੇ ਡਰਾਈ ਫਰੂਟ ਸੀਗੇ ਪੀਸੇ ਹੋਏ, ਉਹ ਵੀ ਵਿੱਚ ਮਿਕਸ ਕਰ ਦਿਆਂਗੇ। ਗੈਸ ਆ ਜਿਹੜਾ ਆਪਣਾ ਉਹ ਲੋਅ ਕੀਤਾ ਹੋਇਆ, ਤਾਂ ਕਿ ਜਿਹੜਾ ਆਪਾਂ ਚੰਗੀ ਤਰ੍ਹਾਂ ਜਿਹੜੀਆਂ ਦਵਾਈਆਂ ਵਿੱਚ ਮਿਕਸ ਕਰ ਲਈਏ। ਕੜਾਹੀ ਆ ਮੇਰੀ ਛੋਟੀ ਆ, ਅਤੇ ਸਮਾਨ ਆ ਜਿਹੜਾ ਉਹ ਜ਼ਿਆਦਾ ਹੋ ਗਿਆ। ਇਹ ਸਾਰੀਆਂ ਆਪਣੀਆਂ ਦਵਾਈਆਂ ਸੀ ਪੀਸੀਆਂ ਹੋਈਆਂ, ਸੌਂਫ, ਜਮੈਣ, ਡਰਾਈ ਫਰੂਟ। ਆਪਣੀ ਜਿਹੜਾ ਕਈ ਵਾਰੀ ਕੀ ਆ, ਅੱਜ ਕੱਲ੍ਹ ਸਰਦੀਆਂ ਦੇ ਮੌਸਮ ਦੇ ਵਿੱਚ ਢੂਈ, ਕਮਰ ਦਰਦ, ਇਸ ਤਰ੍ਹਾਂ ਦੀ ਪ੍ਰੋਬਲਮਸ ਆ ਜਾਂਦੀ ਆ, ਅਤੇ ਉਹਦੇ ਲਈ ਜਿਹੜੀਆਂ ਆਪਾਂ ਨੂੰ ਪੰਜੀਰੀ ਦੇ ਵਿੱਚ ਦਵਾਈਆਂ ਪਾਉਣੀਆਂ ਜ਼ਰੂਰੀ ਆ। ਇਹ ਹੈਗਾ ਮੇਥੇ ਆ, 50 ਗ੍ਰਾਮ ਮੇਥੇ ਆ, ਇਸ ਨੂੰ ਵੀ ਆਪਾਂ ਵਿੱਚ ਹਲਕਾ ਜਿਹਾ ਜਿਹੜਾ ਕਿ ਸੇਕ ਲਵਾਵਾਂਗੇ। ਵੇਸਣ ਦੇ ਵਿੱਚ ਜਿਹੜੇ ਮੇਥੇ ਪਾਏ ਸੀ ਉਹਨੂੰ ਆਪਾਂ ਸੇਕ ਲਵਾ ਲਿਆ। ਹੁਣ ਆਪਾਂ ਪਾਵਾਂਗੇ ਇਹ ਕਮਰਕਸ, ਲੋਧ, ਭਾਠਾ, ਜਿਹੜਾ ਇਹ ਸਾਰੀਆਂ ਮਿਕਸ ਕੀਤੀਆਂ ਹੋਈਆਂ ਦਵਾਈਆਂ, ਇਹ ਪਾਵਾਂਗੇ, ਜੋ ਕਿ ਆਪਣੀ ਸਿਹਤ ਲਈ ਬਹੁਤ ਜ਼ਰੂਰੀ ਹੈ ਇਹ ਅੱਜ ਕੱਲ੍ਹ, ਕਿਉਂਕਿ ਅੱਜ ਕੱਲ੍ਹ ਤਾਂ ਬਹੁਤ ਹੀ ਪ੍ਰੋਬਲਮਸ ਆ ਰਹੀਆਂ ਕਿ ਆਪਣੀ ਕਮਰ ਦਰਦ ਦਾ, ਗੋਡੇ ਦਰਦ ਦਾ, ਇਸ ਕਰਕੇ ਜਿਹੜਾ ਕਿ ਬੇਸਣ ਨੂੰ ਰਲਾਇਆ ਜਾਂਦਾ, ਅਤੇ ਆਪਣੀ ਇੱਛਾ ਮੁਤਾਬਕ ਜਿਹੜੀਆਂ ਦਵਾਈਆਂ ਆਪਾਂ ਪਾ ਸਕਦੇ ਹਾਂ, ਜਿਵੇਂ ਕਿ ਸੁੰਡ ਵਗੈਰਾ ਅਤੇ ਹੋਰ ਭੱਖੜਾ, ਇਹੋ ਜਿਹੀਆਂ ਕਈ ਬਹੁਤ ਸਾਰੀਆਂ ਦਵਾਈਆਂ ਹੁੰਦੀਆਂ ਜਿਹੜੀਆਂ ਕਿ ਆਪਾਂ ਆਪਣੇ ਸਿਹਤ ਦੇ ਲਈ, ਜੋੜਾਂ ਦੇ ਦਰਦਾਂ ਲਈ ਆਪਾਂ ਪਾ ਸਕਦੇ ਹਾਂ। ਆਪਣਾ ਜਿਹੜਾ ਇਹ ਬੇਸਣ ਵਿੱਚ ਦਵਾਈਆਂ ਚੰਗੀ ਤਰ੍ਹਾਂ ਜਿਹੜੀਆਂ ਮਿਕਸ ਹੋ ਗਈਆਂ। ਹੁਣ ਇਹ ਮੇਰੀ ਕੜਾਹੀ ਛੋਟੀ ਆ, ਅਤੇ ਜਿਹੜਾ ਆਪਣਾ ਸਮਾਨ ਉਹ ਜ਼ਿਆਦਾ ਹੋ ਗਿਆ, ਇਹਦੇ ਵਿੱਚ ਮੈਂ ਜਿਹੜੀ ਚੀਨੀ ਆ ਉਹ ਪਾਉਣੀ ਆ। ਇਹ ਉਹਦੇ ਵਾਸਤੇ ਮੈਂ ਇੱਕ ਖੁੱਲ੍ਹਾ ਭਾਂਡਾ ਲਿਆ, ਸਾਫ਼ ਕਰ ਲਿਆ, ਇਹਦੇ ਵਿੱਚ ਮੈਂ ਇਹ ਜਿਹੜਾ ਬੇਸਣ ਰਲਾਇਆ ਹੋਇਆ ਇਹਦੇ ਵਿੱਚ ਕੱਢ ਕੇ, ਫਿਰ ਆਪਾਂ ਇਹਦੇ ਵਿੱਚ ਜਿਹੜੀ ਆ ਖੰਡ ਪੀਸੀ ਹੋਈ ਆ 2 ਕਿਲੋ, ਉਹ ਵਿੱਚ ਮਿਕਸ ਕਰਾਂਗੇ। ਕਿਉਂਕਿ ਮੇਰੀ ਕੜਾਹੀ ਸੀ ਛੋਟੀ, ਅਤੇ ਇਹਦੇ ਵਿੱਚ ਜਿਹੜੀ ਖੰਡ ਆਪਾਂ ਨੂੰ ਮਿਕਸ ਕਰਨੀ ਮੁਸ਼ਕਲ ਹੋ ਜਾਣੀ ਸੀਗੀ, ਇਸ ਕਰਕੇ ਮੈਂ ਭਾਂਡਾ ਜਿਹੜਾ ਵੱਡਾ ਲੈ ਲਿਆ ਖੁੱਲ੍ਹਾ, ਅਤੇ ਉਹਦੇ ਵਿੱਚ ਜਿਹੜਾ ਆਪਾਂ ਬੇਸਣ ਕੱਢ ਲਿਆ, ਅਤੇ ਇਹਦੇ ਵਿੱਚ ਹੁਣ ਆਪਾਂ ਖੰਡ ਆ ਜਿਹੜੀ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਇਹ ਸੌ ਗਈ ਸੀਗੀ, ਇਹ ਪਹਿਲਾਂ ਮੈਂ ਜਿਹੜੇ ਕਿ ਗਰਮ ਗਰਮ ਬੇਸਣ ਦੇ ਵਿੱਚ ਨਹੀਂ ਪਾਈਗੀ, ਕਿਉਂਕਿ ਜਿਹੜੀ ਆ ਇਹ ਥੋੜ੍ਹਾ ਜਿਹਾ ਇਹ ਚੀੜੀ ਹੋ ਜਾਂਦੀ ਆ, ਸੌ ਗਈ ਜੇ ਆਪਾਂ ਗਰਮ ਗਰਮ ਦੇ ਵਿੱਚ ਪਾਵਾਂਗੇ। ਹੁਣ ਆਪਾਂ ਜਿਹੜੀ ਆ ਖੰਡ ਆ ਪੀਸੀ ਹੋਈ ਵਿੱਚ ਮਿਕਸ ਕਰਾਂਗੇ ਚੰਗੀ ਤਰ੍ਹਾਂ। ਲਓ ਜੀ, ਇਸ ਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਖੰਡ ਨੂੰ ਮਿਕਸ ਕਰ ਦਿੱਤਾ। ਇਹ ਮੈਂ ਅੱਜ ਬਣਾਈ ਆ ਬੇਸਣ ਦੀ ਪੰਜੀਰੀ, ਅਤੇ ਤੁਹਾਨੂੰ ਕਿਵੇਂ ਲੱਗੀ? ਵਧੀਆ ਲੱਗੀ ਤਾਂ ਤੁਸੀਂ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੋ,
ਤੇ ਇਸ ਤਰੀਕੇ ਦੇ ਨਾਲ ਤੁਸੀਂ ਵੀ ਜ਼ਰੂਰ ਟਰਾਈ ਕਰਿਆ ਜੋ ਅਤੇ ਮੈਨੂੰ ਦੱਸਿਆ ਜੋ ਅਤੇ ਜਦੋਂ ਤੁਸੀਂ ਪੰਜੀਰੀ ਬਣਾਈ ਤਾਂ ਕਿਵੇਂ ਬਣੀ, ਵਧੀਆ ਬਣੀ ਤਾਂ ਮੈਨੂੰ ਜ਼ਰੂਰ ਦੱਸਣਾ ਕਮੈਂਟ ਕਰਕੇ। ਹੁਣ ਆਪਾਂ ਜਿਹੜੀ ਇਹ ਪੰਜੀਰੀ ਇੱਕ ਵੱਡੇ ਭਾਂਡੇ ਦੇ ਵਿੱਚ ਕੱਢ ਲਈ ਆ। ਹਾਂਜੀ, ਅੱਜ ਦੀ ਆਪਣੀ ਵੀਡੀਓ ਇੰਨੀ ਸੀ, ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਦੇ ਹਾਂ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਓਕੇ, ਬਾਏ ਬਾਏ।